ਅਨੈਲ ਰੋੜਾਤੇ ਉਹਦੇ ਹੋਰ ਸਾਥੀਆਂ ਦੇ ਖਿਲਾਫ 6 ਮੁਲਜ਼ਮ ਗ੍ਰਿਫਤਾਰ ਕੀਤੇ ਸੀ ਜਿਸ ਦੇ ਸਬੰਧ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਉਮੇਸ਼ ਕਾਹਣਾ ਹੈਗਾ ਗਾਂਧੀ ਉਮੇਸ਼ ਕੁਮਾਰ ਗਾਂਧੀ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਲੁਧਿਆਣੇ ਦਾ ਰਹਿਣ ਵਾਲਾ ਹੈ ਦੀ ਬਾਰੇ ਗਲਤ ਸ਼ਬਦਾਵਲੀ ਵਰਤਨ ਵਾਲੇ ਅਨਿਲ ਅਰੂੜਾ ਜੋ ਕਿ ਇਨਾਮੀ આરોપી ਹੈ ਉਸਦੇ ਸਾਥੀ ਉਮੇਸ਼ ਕੁਮਾਰ ਗਾਂਧੀ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ 10 ਲੱਖ ਰੁਪਏ ਬਰਾਮਦ ਕੀਤੇ ਨੇ ਦੱਸਦੇ ਕਿ ਅਨਿਲ ਅਰੂੜਾ ਨੇ ਗੁਰੂ ਨਾਨਕ ਦੇਵ ਜੀ ਖਿਲਾਫ ਗਲਤ ਸ਼ਬਦਾਵਲੀ ਵਰਤੀ ਸੀ ਜਿਸ ਤੋਂ ਬਾਅਦ ਉਸ ਦੀ ਭਾਲ ਹੈ ਜੋ ਕੀਤੀ ਜਾ ਰਹੀ ਹੈ ਤੇ ਧਾਰਮਿਕ ਭਾਵਨਾਵਾਂ ਨੂੰ ਅਨਿਲ ਅਰੂੜਾ ਠੇਸ ਪਹੁੰਚਾਈ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਦੱਸਦੀ ਹੈ ਕਿ ਉਸਦੀ ਭਾਲ ਦੇ ਲਈ ਲੁਧਿਆਣਾ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਜੋ ਛੱਡੀਆਂ ਗਈਆਂ ਨੇ ਤਾਂ ਜੋ ਉਸਦੀ ਜਲਦ ਜਲਦ ਗ੍ਰਿਫਤਾਰੀ ਹੋ ਸਕੇ ਪਰ ਉਸ ਮਾਮਲੇ ਨੇ ਇੱਕ ਨਵਾਂ ਮੋੜ ਲੈ ਲਿਆ ਜਦ ਪੁਲਿਸ ਦੇ ਵੱਲੋਂ ਉਸਦੇ ਸਾਥੀ ਉਮੇਸ਼ ਕੁਮਾਰ ਗਾਂਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਮੇਸ਼ ਕੁਮਾਰ ਗਾਂਧੀ ਨੇ ਉਸ ਨੂੰ ਪਨਾਹ ਵੀ ਦਿੱਤੀ ਸੀ ਅਤੇ ਉਸਦੀ 1 ਲੱਖ ਰੁਪਏ ਦੀ ਮਦਦ ਵੀ ਕੀਤੀ ਸੀ ਉਸ ਤੋਂ ਬਾਅਦ ਪੁਲਿਸ ਨੇ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ ਜੋ ਕਿ ਸ਼ਾਲੂ ਅਗਰਵਾਲ ਹੈ ਜੋ ਕਿ ਅਨਿਲ ਅਰੋੜਾ ਦੀ ਰਿਸ਼ਤੇਦਾਰ ਹੈ ਜੋ ਉਨਾਂ ਚ ਰਹਿੰਦੀ ਹੈ ਉਸਦੇ ਘਰ ਤੋਂ ਇੱਕ ਕੱਪੜਿਆਂ ਵਾਲੇ ਬੈਗ ਦੇ ਵਿੱਚੋਂ 10 ਲੱਖ ਬ੍ਰਾਮਦਗੀ ਵੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਦੱਸ ਦੇ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਨਿਲ अरोड़ा ਦੀ ਗ੍ਰਿਫਤਾਰੀ ਲੈ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਰ ਲਿਆ ਜਾਵੇਗਾ ਦੱਸ ਦੇ ਕਿ ਉਮੇਸ਼ ਕੁਮਾਰ ਗਾਂਧੀ ਨੂੰ ਗ੍ਰਿਫਤਾਰ ਕਰ ਲਿਆ ਹੈ ਅੱਜ ਉਸ ਨੂੰ ਦੱਜ ਪੇਸ਼ ਕਰਕੇ ਉਸ ਤੋਂ ਪੁੱਛਗਿੱਛ ਹੈ ਜੋ ਹੋਰ ਜ਼ਿਆਦਾ ਹੈ ਜੋ ਕੀਤੀ ਜਾਵੇਗੀ ਅਤੇ ਗੁਰਪ੍ਰੀਤ ਭੁੱਲਰ ਨੇ ਦੱਸਿਆ ਹੈ ਕਿ ਜੋ ਵੀ ਅਨਿਲ अरोड़ा ਦੇ ਲਈ ਜੋ ਸੂਚਨਾ ਦੇਵੇਗਾ ਜੋ ਸੂਚਨਾ ਦੇਵੇਗਾ ਉਸ ਦੇ ਬਾਰੇ ਉਸ ਨੂੰ 1 ਲੱਖ ਦਾ ਇਨਾਮ ਵੀ ਦਿੱਤਾ ਜਾਵੇਗਾ ਉਸ ਦਾ ਨਾਮ ਹੈ ਜੋ ਗੁਪਤ ਸੂਚਨਾ ਹੈ ਜੋ ਉਸ ਦਾ ਨਾਮ ਹੈ ਗੁਪਤ ਰੱਖਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਅਨਿਲ अरोड़ा ਜਿਸ ਨੇ ਕੀ ਗੁਨਾਨਾ ਦੇਵ ਜੀ ਬਾਰੇ ਗਲਤ ਸ਼ਬਦਾਵਲੀ ਵਰਤੀ ਸੀ ਉਸ ਤੋਂ ਬਾਅਦ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਮੁੱਦਾ ਕਾਫੀ ਜ਼ਿਆਦਾ ਭਖ ਗਿਆ ਸੀ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਜੋ ਪਾਇਆ ਜਾ ਰਿਹਾ ਸੀ ਪੁਲਿਸ ਲਗਾਤਾਰ छानबीन ਕਰ ਰਹੀ ਹੈ ਉਸ ਦੇ ਕਿ ساتھ ਹੀ ਉਮੇਸ਼ ਕੁਮਾਰ ਗਾਂਧੀ ਦੱਸ ਦਈਏ ਕਿ ਅਨਿਲ अरोड़ा ਦਾ ਗਵਾਂਡੀ ਵੀ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਨਿਸ਼ਾਨਦੇਹੀ ਤੇ ਉਹਨਾਂ ਤੋਂ ਉਸ ਦੇ ਇੱਕ ਰਿਸ਼ਤੇਦਾਰ ਅਨਿਲ ਅਰੋੜਾ ਦਾ ਰਿਸ਼ਤੇਦਾਰ ਹੈ ਜੋ ਕਿ ਸ਼ਾਲੂ ਅਗਰਵਾਲ ਉਸ ਦੇ ਘਰ ਤੋਂ 10 ਲੱਖ ਵੀ ਬਰਾਮਦ ਕਰ ਲਏ ਨੇ ਪੁਲਿਸ ਹੋਰ ਪੜਤਾਲ ਕਰ ਰਹੀ ਹੈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਆਰੋਪੀ ਜੋ ਇਨਾਮੀ ਆਰੋਪੀ ਹੈ ਅਨਿਲ ਅਰੋੜਾ ਉਸ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ